ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਕਿ ਅੱਜ ਰਾਤ ਡੇਰ ਸ਼ਾਮ ਤੋਂ ਲੈ ਕੇ ਪੂਰੀ ਰਾਤ ਪੰਜਾਬ ਦੇ ਮੌਸਮ ਵਿੱਚ ਕੀ ਹਲ ਚੱਲ ਰਹੇਗੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ आसार ਹੋਣਗੇ ਸੋ ਜੋ ਹੁਣ ਦੀ ਤਾਜ਼ਾ ਅਪਡੇਟ ਪ੍ਰਾਪਤ ਹੋਈ ਹੈ ਉਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਗੱਲ ਕਰਦੇ ਹਾਂ ਕਿ ਅੱਜ ਡੇਰ ਸ਼ਾਮ ਲਗਭਗ 6-7 ਵਜੇ ਤੋਂ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਸਾਰ ਨੇ ਤਾਂ ਜੇਕਰ ਪਹਿਲਾਂ ਆਪਾਂ ਦੱਖ ਪੰਜਾਬ ਵਿੱਚ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਪਟਿਆਲਾ ਜ਼ਿਲ੍ਹਾ ਹੋਵੇਗਾ ਕੁਝ ਸੰਗਰੂਰ ਜ਼ਿਲ੍ਹੇ ਦੇ ਭਾਗ ਤੇ ਥੋੜੇ ਭਾਗ ਹੋਣਗੇ ਮਾਨਸਾ ਜ਼ਿਲ੍ਹੇ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਭਾਗਾਂ ਦੇ ਵਿੱਚ ਆਪਾਂ ਨੂੰ ਅੱਜ ਦੇਰ ਸ਼ਾਮ ਲਗਭਗ 6 ਵਜੇ ਤੋਂ ਲੈ ਕੇ 2-3 ਘੰਟੇ ਅਗਲੇ ਵਿੱਚ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਕੁਝ ਹਿੱਸਿਆਂ ਵਿੱਚ ਮੀਂਹ ਦਾ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਰਹੇਗਾ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਬਰਸਾਤ ਨਹੀਂ ਹੋਵੇਗੀ ਲਗਭਗ ਅੱਧੇ ਇਲਾਕੇ ਕਵਰ ਹੋਣ ਜਿਹੜੇ ਅਸਾਰ ਨੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਬਰਸਾਤੀ ਕਾਰਵਾਈਆਂ ਅੱਗੇ ਵਧਣਗੀਆਂ ਤੇ ਚੰਡੀਗੜ੍ਹ ਮੋਹਾਲੀ ਐਸਐਸ ਨਗਰ ਵਗੈਰਾ ਤੇ ਨਾਲ ਕੋਰਾਲੀ ਚੰਡੀਗੜ੍ਹ ਦੇ ਇਲਾਕੇ ਪੈਂਦੇ ਨੇ ਇਹਨਾਂ ਇਲਾਕਿਆਂ ਨੂੰ ਕਵਰ ਕਰਨਗੇ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵੀ ਕਈ ਭਾਗਾਂ ਵਿੱਚ ਅਜਿਹੀਆਂ ਹੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਜੇਕਰ ਇਹ ਸਿਸਟਮ ਇਸ ਤਰ੍ਹਾਂ ਅੱਗੇ ਵਧਦਾ ਹੈ ਪੂਰੇ ਕਿਰਿਆਸ਼ੀਲ ਰੂਪ ਵਿੱਚ ਤਾਂ ਲੁਧਿਆਣਾ ਜ਼ਿਲ੍ਹੇ ਤੇ ਕੁਝ ਬਰਨਾਲੇ ਜ਼ਿਲ੍ਹੇ ਦੇ ਭਾਗਾਂ ਨੂੰ ਵੀ ਕਵਰ ਕਰੇਗਾ ਤੇ ਉਸ ਤੋਂ ਬਾਅਦ ਨੰਗਲ ਆਨੰਦਪੁਰ ਸਾਹਿਬ ਰੂਪਨਗਰ ਦੇ ਭਾਗ ਹੋ ਜਾਣਗੇ ਹੁਸ਼ਿਆਰਪੁਰ ਤੇ ਨਾਲ ਲੱਗਦੇ ਜੁ ਇਲਾਕੇ ਹੋਣਗੇ ਨਵਾਂ ਸ਼ਹਿਰ ਫਗਵਾੜਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਜ ਡੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਮੀਂਹ ਪੈਣ ਦੇ आसार ਨੇ ਨਜ਼ਰ ਆ ਰਹੇ ਨੇ ਮੀਂਹ ਜਿਹੜਾ ਕੋਈ ਜ਼ਿਆਦਾ ਭਾਰੀ ਨਹੀਂ ਹੋਵੇਗਾ ਹਲਕੇ ਤੋਂ ਲੈ ਕੇ ਦਰਮਿਆਨ ਰੂਪ ਤੱਕ ਹੀ ਮੀਂਹ ਦੇਖਣ ਨੂੰ ਮਿਲੇਗਾ ਤੇ ਬਾਕੀ ਮੱਧ ਪੰਜਾਬ ਦੇ ਵੀ ਕੁਝ ਭਾਗਾਂ ਵਿੱਚ ਜਿਹੀਆਂ ਹੀ ਹਲਕੀਆਂ-ਫੁਲਕੀਆਂ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜੇਕਰ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜੋ ਪੱਛਮੀ ਸਰਹੱਦੀ ਇਲਾਕੇ ਹੋਣਗੇ ਤਾਂ ਉਹਨਾਂ ਵਿੱਚ ਫਿਰ ਇੱਕ ਵਾਰ ਅੱਧੀ ਰਾਤ ਦੇ ਕਰੀਬ ਆਉਂਦੇ ਆਪਾਂ ਨੂੰ ਜਿਹੜੀਆਂ ਫਿਰ ਇੱਕ ਵਾਰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਹੜੇ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਹੋਣਗੀਆਂ ਪਰ ਕਿਸੇ ਇਲਾਕੇ ਵਿੱਚ ਰਾਤ ਦੇ ਸਮੇਂ ਕੋਈ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੇ ਅਸਰ ਫਿਲਹਾਲ ਨਜ਼ਰ ਨਹੀਂ ਆ ਰਹੇ ਤੇ ਟੁੱਟਵੇਂ ਰੂਪ ਵਿੱਚ ਜਿਹੜੇ ਹਲਕੀ-ਫੁਲਕੀ ਬੂੰਦਾਬੰਦੀ ਦਾ ਜਿਹੜਾ ਦੌਰ ਆ ਉਹ ਤੇ ਜੇ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜਿਹਦੇ ਵਿੱਚ ਫਾਜ਼ਿਲਕਾ ਹੋ ਗਿਆ ਫਰੀਦਕੋਟ ਮੁਕਸਰ ਤੇ ਕੁਝ ਭਾਗ ਹੋ ਜਾਣਗੇ ਆਪਣੇ ਫਿਰੋਜ਼ਪੁਰ ਦੇ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਕੋਈ ਜ਼ਿਆਦਾ ਮੀਂਹ ਪੈਣ ਦੇ ਅਸਾਰ ਨਹੀਂ ਹੋਣਗੇ ਹਲਕੀ ਟੁੱਟਮੀ ਬੱਦਲਬਾਈ ਦੇ ਨਾਲ ਕੁਝ ਭਾਗਾਂ ਵਿੱਚ ਬੂੰਦਾਬੰਦੀ ਜਾਂ ਫਿਰ ਹਲਕੀ ਬਰਸਾਤ ਆ ਉਹ ਰਾਤ ਦੇ ਸਮੇਂ ਦਰਜ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਸਵੇਰ ਦੀ ਨਵੀਂ ਅਪਡੇਟ ਹੋਵੇਗੀ ਉਹ ਕੱਲ ਨਵੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਉਦੋਂ ਤੱਕ ਲਈ ਧੰਨਵਾਦ ਜੀ